ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ 15 ਅਗਸਤ ਦੇ ਪ੍ਰੋਗਰਾਮ ਨੂੰ ਲੈ ਕੇ ਫੁੱਲ ਡਰੈਸ ਰਿਹਰਸਲ ਕਰਵਾਈ ਗਈ, ਜਿਹਦੇ ਵਿੱਚ ਕਿ ਬੱਚਿਆਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਅਲੱਗ ਅਲੱਗ ਤਰ੍ਹਾਂ ਦੇ ਕਰਤੱਵ ਪੇਸ਼ ਕਰਕੇ ਰਿਹਰਸਲ ਦਿਖਾਈ ਗਈ। ਇਸ ਦੇ ਨਾਲ ਹੀ 15 ਅਗਸਤ ਦੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਝੰਡਾ ਫਹਿਰਾਉਗੇ, ਜਿਹਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਉੱਘੇ ਤੌਰ 'ਤੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਹੈਗੇ ਉਹ ਝੰਡਾ ਫਹਿਰਾਉਣ ਦੀ ਰਸਮ ਜਿਹੜੀ ਹੈਗੀ ਉਹ ਅਦਾ ਕਰਨਗੇ। ਅਤੇ ਸਟੇਟ ਲੈਵਲ ਦਾ ਸਟੇਟ ਪੱਧਰ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਲੁਧਿਆਣੇ ਵਿਖੇ ਹੋ ਰਿਹਾ ਹੈਗਾ। ਉਸਦੀ ਤਿਆਰੀਆਂ ਜਿਹੜੀਆਂ ਹੈਗੀਆਂ ਚੰਗੀ ਤੌਰ 'ਤੇ ਚੱਲ ਰਹੀਆਂ ਹਨ। ਵੱਖ ਵੱਖ ਤਰੀਕੇ ਦੇ ਪ੍ਰੋਗਰਾਮ ਜਿਹੜੇ ਹੈਗੇ ਇਹਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਨਾਲ ਕਈ ਗਵਰਨਮੈਂਟ ਦੀ ਸਕੀਮਾਂ ਜਿਹੜੀਆਂ ਹੈਗੀਆਂ ਉਹ ਵੀ ਇਹਦੇ ਨਾਲ ਹੀ ਲਾਂਚ ਕੀਤੀਆਂ ਜਾ ਰਹੀਆਂ ਹਨ। ਬਹੁਤ ਹੀ ਇੰਪ੍ਰੈਸਿਵ ਜਿਹੜਾ ਹੈਗਾ ਕਲਚਰਲ ਪ੍ਰੋਗਰਾਮ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਵੀ ਆਪਣੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਕੀਤੇ ਜਾ ਰਹੇ ਨੇ, ਤਾਂ ਸਾਨੂੰ ਉਮੀਦ ਹੈਗੀ ਕਿ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਉਹ ਆਉਣ ਵਾਲੇ 15 ਅਗਸਤ ਕੀਤਾ ਜਾਏਗਾ। ਕੈਮਰਾਮੈਨ ਮਠਾਰੂ ਨਾਲ ਬਿਊਰੋ ਰਿਪੋਰਟ, ਬ੍ਰੇਕਿੰਗ ਨਿਊਜ਼, ਪੰਜਾਬ।